दिल दहला देने वाली खबर लुधियाना के शिवपुरी चौंक तो आ रही है, जिथे एक तेज रफ्तार मोटरसाइकिल सवार ने रस्ते विच जा रहे एक नौजवान नू टक्कर मार दिती। ये टक्कर इन्नी जबरदस्त सी कि राहगीर बुरी तरह जख्मी हो गया और जब उसनू हस्पताल पहुंचाया गया तो उदो तक बहुत देर हो चुकी सी। डॉक्टरों द्वारा उसनू मृतक घोषित कर दिया गया है। इस पूरे हादसे दी तस्वीरां नजदीक लगे सीसीटीवी कैमरे विच कैद हो गई। ਮੌਕੇ ਦੇ ਹਾਦਸਾ ਦੇਖਿਆ ਕੀ ਹੈਗਾ ਸੀਗਾ ਮੈਡਮ? ਮੌਕੇ ਤੇ ਦੇਖਿਆ ਮੈਂ ਉੱਥੇ ਖੜਾ ਸੀਗਾ ਬਾਹਰ ਰੋਡ ਦੇ, ਤੇ ਭਈਆ ਵਿਚਾਰਾ ਆ ਰਿਹਾ ਸੀਗਾ 8:15 ਵਜੇ ਦਾ ਕੋਈ ਟਾਈਮ ਸੀਗਾ। ਬਾਈਕ ਉੱਤੇ ਲੜਕਾ ਆਇਆ ਇੱਕ ਬਹੁਤ ਜ਼ਿਆਦਾ ਸਪੀਡ ਦੇ ਉੱਪਰ, ਉਹ ਭਈਆ ਜਿਹੜਾ ਪਤਾ ਨਹੀਂ ਸਬਜ਼ੀ ਲੈਣ ਆਏ ਜਾਂ ਕੁਛ, ਉਹਦੇ 'ਚ ਲਿਆ ਕੇ ਉਹਨੇ ਬਾਈਕ ਮਾਰਿਆ, ਬਾਈਕ ਮਾਰਿਆ ਭਈਆ ਬੇਹੋਸ਼ ਹੋ ਕੇ ਗਿਰ ਗਿਆ। ਜਦੋਂ ਅਸੀਂ ਉੱਥੇ ਪਹੁੰਚਿਆ ਤਾਂ ਭਈਆ ਨੂੰ ਚੱਕ ਕੇ ਮੋਟਰਸਾਈਕਲ ਵਾਲਾ ਥੜੀ ਉੱਤੇ ਪਾ ਕੇ ਜਾਂਚ ਕਰਵਾਇਆ ਸੀਗਾ। ਦੇਖਿਆ ਤਾਂ ਉਹਦੇ 'ਚ ਕੁਛ ਵੀ ਨਜ਼ਰ ਨਹੀਂ ਆਇਆ ਵਿਚਾਰੇ 'ਚ, ਅਸੀਂ ਪਾਣੀ ਪੂਣੀ ਪਾਇਆ, ਕੋਸ਼ਿਸ਼ ਕੀਤੀ ਉਹਨੂੰ ਚੱਕਣ ਦੀ, ਬਟ ਉਹ ਇੱਥੇ ਹੀ ਲੱਗਦਾ ਸਾਨੂੰ ਡੈੱਡ ਹੋ ਗਏ। ਬਾਕੀ ਬਾਅਦ 'ਚ ਲੜਕੇ ਆਏ ਦੋ ਵਿਚਾਰੇ, ਉਹ ਕਹਿੰਦੇ ਸਾਡਾ ਬੰਦਾ ਹੈਗਾ ਵਾਕਫ ਹੈ ਨਾਲ ਦਾ, ਅਤੇ ਅਸੀਂ ਹੋਸਪਿਟਲ ਲੈ ਕੇ ਜਾਂਦੇ ਇਹਨੂੰ। ਉਹ ਹੋਸਪਿਟਲ ਲੈ ਕੇ ਗਏ ਆ ਅਤੇ ਉੱਥੇ ਜਾ ਕੇ ਪਤਾ ਲੱਗਿਆ ਬੰਦੇ ਦੀ ਐਕਚੁਅਲੀ ਡੈੱਥ ਹੋ ਚੁੱਕੀ ਹੈ, ਮਰ ਚੁੱਕਾ ਬੰਦਾ। ਅਤੇ ਮੌਕੇ 'ਤੇ ਪੁਲਿਸ ਆਈ ਸੀ, ਉਹਨੇ ਜਾਣਕਾਰੀ ਦਿੱਤੀ? ਪੁਲਿਸ ਆਈ ਸੀਗੀ PCR ਦੇ ਉੱਤੇ, ਮੈਂ ਹੀ ਫੋਨ ਮਾਰਿਆ ਸੀਗਾ। ਪੁਲਿਸ ਆਉਣ ਤੋਂ ਪਹਿਲੇ ਗਏ ਉਹਦੇ ਬੰਦੇ ਜਿਹੜੇ ਆ ਗਏ ਸੀ, ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਹੋਸਪਿਟਲ ਭੇਜ ਦਿੱਤਾ ਸੀਗਾ। ਪੁਲਿਸ ਦਾ ਬਾਅਦ 'ਚ ਫੋਨ ਆਇਆ ਵੀ ਕਿੱਥੇ ਕਿਹੜੀ ਜਗ੍ਹਾ ਪਹੁੰਚੀਏ ਕਿਹੜੀ ਜਗ੍ਹਾ ਨਹੀਂ। ਮੈਂ ਕਿਹਾ ਸਰ ਹੁਣ ਨਾ ਪਹੁੰਚੇ, ਵੀ ਉਹਦੇ ਬੰਦੇ ਆ ਗਏ ਸੀਗੇ ਅਤੇ ਸੋ ਉਹਨੂੰ ਚੱਕ ਕੇ ਹੋਸਪਿਟਲ ਲੈ ਕੇ ਗਏ, ਪੁਲਿਸ ਵਾਲੇ ਵਾਪਸ ਰਹੇ। ਕੋਈ ਪਤਾ ਲੱਗਿਆ ਸੀ ਜਾਣਕਾਰੀ ਕਿੱਥੇ ਦਾ ਰਹਿਣ ਵਾਲਾ ਸੀਗਾ? ਔਰ ਯੂਪੀ ਦਾ ਪਤਾ ਲੱਗਿਆ ਜੀ, ਵੀ ਯੂਪੀ ਦਾ ਗੋਰਖਪੁਰ ਦੇ ਆਸ ਪਾਸ ਕੇ ਪਿੰਡ ਮਹਾਰਾਜਗੰਜ ਆ, ਉੱਥੇ ਦਾ ਹੈਗਾ। ਕੋਈ ਪਰਿਵਾਰ ਦੇ ਵਿੱਚੋਂ ਕੋਈ ਸਦੱਸਿਆ ਉਹਨਾਂ ਦਾ? ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਹੈ ਜੀ, ਉਹਦੇ ਨਾਲ ਜਿਹੜੇ ਇੱਕ ਦੋ ਸੰਗੀ ਸਾਥੀ ਕੰਮ ਕਰਨ ਵਾਲੇ ਬੰਦੇ ਆ, ਬਸ ਉਹੀ ਹੈ, ਬਸ ਕੋਈ ਨਹੀਂ ਹੈ। ਤਾਂ ਸਵੇਰੇ ਉਹਦਾ ਬ੍ਰਦਰ ਆਇਆ ਸੀਗਾ, ਕੋਈ ਉਹਦਾ ਭਰਾ ਲੱਗਦਾ, ਤਾਏ ਦਾ ਲੜਕਾ, ਉਹਨੇ ਅੰਗ ਬਣਿਆ ਹੋਇਆ ਸਰਹੰਦ, ਉਹ ਆਇਆ ਸੀ, ਉਹੀ ਬੋਡੀ ਨੂੰ ਨਾਲ ਲੈ ਕੇ ਚਲੇ ਗਏ ਜੀ, ਉੱਥੇ ਸੰਸਕਾਰ ਉਹਨੇ ਕੀਤਾ ਸਰਹੰਦ ਦੇ। ਤੇ ਕੋਈ ਜਾਣਕਾਰੀ ਵਧੀਆ, ਜਿਹੜਾ ਮੋਟਰਸਾਈਕਲ ਮਾਰਿਆ ਸੀਗਾ ਬੰਦਾ ਫਰਾਰ ਆ ਜਾਂ ਕੋਈ? ਨੰਬਰ ਨਹੀਂ ਆ ਰਿਹਾ, ਵੈਸੇ ਪਿਕਚਰ ਉਹਦੀ ਆ ਰਹੀ ਹੈ ਸਾਡੇ ਇੱਥੇ ਕੈਮਰੇ ਦੇ ਵਿੱਚ, ਸੀਸੀਟੀਵੀ ਕੈਮਰਾ ਲੱਗਾ ਇੱਥੇ ਸਾਡੇ, ਉਹਦੇ ਵਿੱਚ ਫੋਟੋ ਆ ਰਹੀ ਹੈ, ਬਟ ਬਾਈਕ ਦਾ ਨੰਬਰ ਨਹੀਂ ਆ ਰਿਹਾ, ਮੋਬਾਈਲ ਨੰਬਰ ਨਹੀਂ ਆ ਰਿਹਾ ਜੀ। ਉਹਦੀ ਕੋਸ਼ਿਸ਼ ਕਰੋ ਕਿਸ ਤਰੀਕੇ ਅਗਰ ਨੰਬਰ ਮਿਲ ਜਾਏ ਤਾਂ ਬੰਦਾ ਕਹਿ ਦਿਓ ਸਕਦਾ। ਮਾਰਨ ਤੋਂ ਬਾਅਦ ਬੰਦਾ ਫਰਾਰ ਹੋ ਗਿਆ ਸੀ? ਮਾਰਨ ਤੋਂ ਬਾਅਦ ਬੰਦਾ ਉਹ ਸੜੀ ਸੁੱਟ ਕੇ ਇੱਕਦਮ ਭੱਜ ਗਿਆ ਬਸ। ਪ੍ਰਾਈਮ ਉਹਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ।